ਬੀਤੇ ਦਿਨ ਦਿੱਲੀ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਉੱਤੇ ਕਾਬਜ਼ ਜਿਹੜਾ ਧੜਾ ਹੈ, ਉਸ ਧੜੇ ਨੇ ਇੱਕ ਆਪਣੀ ਮੀਟਿੰਗ ਸੰਦੇਸ਼ ਦੇ ਵਿੱਚ ਉਹਨਾਂ ਨੇ ਇੱਕ ਅਕਾਲੀ ਦਲ ਜਿਸ ਤਰ੍ਹਾਂ ਰਸਮੀ ਤੌਰ 'ਤੇ ਐਲਾਨ ਕੀਤਾ, ਪਹਿਲਾਂ ਤਾਂ ਚੱਲ ਹੀ ਰਿਹਾ ਸੀਗਾ, ਉਹਨਾਂ ਨਾਲ ਵੀ 22 ਮੈਂਬਰ ਵੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਉਹ ਸਾਰੇ ਦੇ ਸਾਰੇ ਮੈਂਬਰ ਜਿਹੜੇ ਨੇ ਉਹ ਉੱਥੇ ਇਕੱਠੇ ਹੋਏ ਆ। ਉਹਨਾਂ ਦੇ ਨਾਲ ਜੋ ਲੋਕ ਇਕੱਠੇ ਹੋਏ ਨੇ ਉਹਨਾਂ ਨੇ ਟੋਕਰੀ ਜਿਹੜਾ ਆਪਣਾ ਚੋਣ ਨਿਸ਼ਾਨ ਚੁਣਿਆ। ਖੈਰ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਕੋਈ ਕਿਹੜਾ ਚੋਣ ਨਿਸ਼ਾਨ ਚੁਣਦਾ, ਕੋਈ ਕਿਹੜੀ ਕਮੇਟੀ ਬਣਾਉਂਦਾ। ਮੈਂ ਇਸ ਵਿੱਚ ਇੱਕ ਖਾਸ ਨੁਕਤਾ ਜਿਹੜਾ ਉਸ ਨੂੰ ਸਾਹਮਣੇ ਰੱਖ ਕੇ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿ ਇਸ ਮੀਟਿੰਗ ਵਿੱਚ ਹਾਜ਼ਰ ਹੋਣ ਵਾਲੇ ਬੰਦੇ ਜਿਹੜੇ ਨੇ ਉਹਨਾਂ ਵਿੱਚ ਕੌਣ ਸਨ। ਸਰਲੋਚਨ ਸਿੰਘ, ਸਾਬਕਾ MP ਅਸੀਂ ਜਾਣਦੇ ਹਾਂ, ਗਿਆਨੀ ਜ਼ੈਲ ਸਿੰਘ ਦਾ ਜਿਹੜਾ ਸਾਥੀ ਹੋਇਆ ਕਰਦਾ ਸੀਗਾ ਔਰ ਉਹ ਹਮੇਸ਼ਾ ਹੀ ਹਾਜ਼ਰ ਹੁੰਦਾ, ਅਤੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰਪਤੀ ਦਾ ਮੈਂਬਰ ਵੀ ਸੀਗਾ। ਉਸ ਤੋਂ ਇਲਾਵਾ ਫਿਰ ਉੱਥੇ ਹਰਨਾਮ ਸਿੰਘ ਧੁੰਮਾ ਸੀ, ਹਰਨਾਮ ਸਿੰਘ ਧੁੰਮਾ ਚੌਂਕ ਮਹਿਤਾ ਡੇਰੇ ਦਾ ਮੁਖੀ ਹੈ, ਆਪਣੇ ਆਪਣੇ ਅਖੌਤੀ ਦਮ ਦਮੀ ਟਕਸਾਲ ਕਹਿੰਦੇ ਆ, ਚੌਂਕ ਮਹਿਤਾ ਡੇਰੇ ਦਾ ਮੁਖੀ ਹੈ, ਜਿਹੜਾ ਅਮਰੀਕਾ ਦਾ ਸ਼ਹਿਰੀ ਹੈ ਪਰ ਕਿਉਂਕਿ ਉਹ ਆਇਆ ਹੋਇਆ ਹੈ ਭਾਰਤ ਵਿੱਚ 5 ਸਾਲ ਦੇ ਵੀਜ਼ੇ 'ਤੇ ਜਾਂ ਉਹ CI ਕਾਰਡ ਲੈ ਕੇ, ਤੋ ਇਸ ਕਰਕੇ ਉਹ ਜਿਹੜਾ ਉਹ ਚੌਂਕ ਮਹਿਤਾ ਡੇਰੇ 'ਤੇ ਕਬਜ਼ਾ ਕਰੀ ਬੈਠਾ। ਇਸ ਤੋਂ ਬਿਨਾਂ ਅਸੀਂ ਬਲਜੀਤ ਸਿੰਘ ਦਾਦੂਵਾਲ, ਦਾਦੂਵਾਲ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਬਾਕੀ ਸਾਧ ਵਾਂਗੂ ਸਾਧ ਹੈ ਔਰ ਉਸਦੇ ਉੱਤੇ ਕਈ ਮੁਕੱਦਮੇ ਵੀ ਚੱਲ ਰਹੇ ਨੇ, ਹੁਣ ਆ ਕੇ ਚਲਾਕੀ ਨਾਲ ਬੇਵਕੂਫ ਬਣਾ ਕੇ ਲੋਕਾਂ ਨੂੰ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਬਣਿਆ ਬੈਠਾ ਹੈ। ਇਸ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਸਾਬਕਾ MP ਹੈ ਜਿਹਨੇ ਆਪਣਾ ਅਕਾਲੀ ਦਲ ਬਣਾਇਆ ਅਤੇ ਜੋ ਭਾਰਤੀ ਜਨਤਾ ਪਾਰਟੀ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਦਾ ਹੈ। ਇਸੇ ਤਰ੍ਹਾਂ ਬਲਵੰਤ ਸਿੰਘ ਰਾਮੂ ਵਾਲਿਆ ਸੀ, ਬਲਵੰਤ ਸਿੰਘ ਰਾਮੂ ਵਾਲਿਆ ਉਹ ਚੱਲ ਚੁੱਕਿਆ ਕਾਰਤੂਸ ਹੈ, ਜਿਹੜਾ ਹਰ ਜਿਹੜਾ ਜਥੇਬੰਦੀ ਵਿੱਚ ਸ਼ਾਮਿਲ ਹੋ ਜਾਂਦਾ ਜਦੋਂ ਲੋੜ ਪੈਂਦੀ ਹੈ, ਭਾਵੇਂ ਜਿੱਥੇ ਉਹਦੀ ਨਜ਼ਰ ਆਵੇ ਵੀ ਇਹ ਸਰਕਾਰ ਵਿੱਚ ਇਸ ਜਥੇਬੰਦੀ ਦਾ, ਇਸ ਪਾਰਟੀ ਦਾ, ਇਸ ਧੜੇ ਦਾ ਹੱਥ ਹੈ, ਵੈਲਿਊ ਹੈ, ਕੀਮਤ ਹੈ, ਉੱਥੇ ਉਹ ਜਾ ਕੇ ਸ਼ਾਮਿਲ ਹੋ ਜਾਂਦਾ। ਖੈਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਕੌਣ ਕਿਸ ਪਾਰਟੀ ਵਿੱਚ ਸ਼ਾਮਿਲ ਹੁੰਦਾ। ਗੱਲ ਮੈਂ ਇਹਦੇ 'ਚ ਇੱਕ ਨੁਕਤਾ ਖਾਸ ਜਿਹੜਾ ਸਾਂਝਾ ਕਰਨਾ ਚਾਹਾਂਗਾ ਵੀ ਇਹ ਸਾਰੇ ਦੇ ਸਾਰੇ ਬਾਦਲ ਦੇ ਵਿਰੋਧੀ ਸਨ, ਪਰ ਇੱਕ ਹਰਨਾਮ ਸਿੰਘ ਧੁੰਮਾ ਜਿਹੜਾ ਉਹ ਬਾਦਲ ਵਿਰੋਧੀ ਨਹੀਂ ਸੀ। ਬਾਦਲ ਦਾ ਉਹ 100% ਹਿਮਾਇਤੀ ਸੀਗਾ ਔਰ ਉਹ ਬਿਆਨ ਦਿੰਦਾ ਉੱਥੇ ਆ ਕੇ ਕਿ ਬਾਦਲ ਨੇ ਪੰਥ ਦਾ ਬੜਾ ਵੱਡਾ ਨੁਕਸਾਨ ਕੀਤਾ। ਸਾਡੇ ਕੋਲ ਉਹਦੀਆਂ ਵੀਡੀਓ ਮੌਜੂਦ ਨੇ ਜਿਹਦੇ 'ਚ ਉਹ ਕਹਿੰਦਾ ਵੀ ਸਵੇਰੇ ਉੱਠ ਕੇ ਤੁਸੀਂ 2 ਵਜੇ ਅਰਦਾਸ ਕਰਿਆ ਕਰੋ ਕਿ ਬਾਦਲ ਦੀ ਸਰਕਾਰ ਰਹੇ, ਬਾਦਲ ਦੀ ਹਿਮਾਇਤ ਕਰਦੇ ਰਹੀਏ, ਬਾਦਲ ਪੰਥ ਦੀ ਸੇਵਾ ਕਰਦਾ ਰਹੇ। ਇਹ ਉਹਦੀ ਵੀਡੀਓ 'ਚ ਮੌਜੂਦ ਹੈ। ਔਰ ਹਰਨਾਮ ਸਿੰਘ ਧੁੰਮਾ ਜਿਹੜਾ ਚੌਂਕ ਮਹਿਤਾ ਡੇਰੇ ਦਾ ਮੁਖੀ ਹੈ, ਇਹਦੇ ਆਖਣ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਮ ਦੀ ਉਹਦੀ ਜੇਬ 'ਚ ਪਾਈ ਹੋਈ ਸੀ। ਸ਼੍ਰੋਮਣੀ ਕਮੇਟੀ 'ਚ ਕੋਈ ਕਥਾਕਾਰ, ਕੋਈ ਰਾਗੀ, ਕੋਈ ਕੀ ਪਾਠ ਕਰਨ ਵਾਲਾ ਜਿਹੜਾ, ਕੋਈ ਹੋਰ ਸੇਵਾਦਾਰ ਜਿਹੜਾ ਛੇਤੀ ਕੀਤੀਆਂ ਨਹੀਂ ਲੱਗ ਸਕਦਾ ਜਿਹਨੂੰ ਹਰਨਾਮ ਸਿੰਘ ਧੁੰਮੇ ਦੀ ਥਪਕੀ ਮਿਲੀ ਨਾ ਹੋਈ ਹੋਵੇ, ਉਹਦੀ ਜਿਹੜੀ ਹੈ ਸਰਪ੍ਰਸਤੀ ਨਾ ਮਿਲੀ ਹੋਵੇ। ਹੋਰ ਤਾਂ ਹੋਰ ਜਦੋਂ ਵੀ ਕੋਈ ਜਿਹੜਾ ਕਿਸੇ ਅਖੌਤੀ ਤਖ਼ਤ ਤਾਂ ਹੁੰਦਾ ਹੀ ਕੋਈ ਨੀਗਾ ਦਾ ਜਿਹੜਾ ਮੁੱਖ ਸੇਵਾਦਾਰ ਬਣਾਇਆ ਜਾਂਦਾ, ਉਹ ਪਹਿਲਾਂ ਜਾ ਕੇ ਹਰਨਾਮ ਸਿੰਘ ਧੁੰਮੇ ਕੋਲੋਂ ਜਿਹੜਾ ਉਹ ਆਸ਼ੀਰਵਾਦ ਲਿਆ ਕਰਦਾ ਸੀ। ਇਹ ਹਰਪ੍ਰੀਤ ਸਿੰਘ ਜੋ ਬੈਠਾ ਹੈ ਪੁਜਾਰੀ ਅਕਾਲ ਬੁੰਗੇ ਦਾ, ਜਿਹਨੂੰ ਅਕਾਲ ਤਖ਼ਤ ਵੀ ਕਹਿੰਦੇ ਆ, ਅਕਾਲ ਬੁੰਗੇ ਦਾ ਪੁਜਾਰੀ ਪਹਿਲੇ ਦਿਨ ਜਾ ਕੇ ਹਰਨਾਮ ਸਿੰਘ ਧੁੰਮੇ ਕੋਲੋਂ ਜਿਹੜਾ ਉਹ ਆਸ਼ੀਰਵਾਦ ਲੈ ਕੇ ਆਇਆ ਸੀਗਾ, ਉਹਦੀ ਪ੍ਰਵਾਨਗੀ ਲੈ ਕੇ ਆਇਆ ਸੀਗਾ। ਤੋ ਉਹ ਬੰਦਾ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਅਤੇ ਸਿੱਖ ਰਹਿਤ ਮਰਿਆਦਾ ਦੇ ਉੱਤੇ ਅਤੇ ਸਾਰੇ ਪਾਸੇ ਜਿਹੜਾ ਕਾਬਜ਼ ਹੋਇਆ ਰਿਹਾ ਔਰ ਆਪਣੀ ਮਰਜ਼ੀ ਦੇ ਮੁਲਾਜ਼ਮ ਲਾਉਂਦਾ ਰਿਹਾ ਔਰ ਚੰਬਦੀਆਂ ਚਲਾਉਂਦਾ ਰਿਹਾ, ਉਹ ਬੰਦਾ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਗਾਲਾਂ ਕੱਢਦਾ ਹੋਇਆ ਇਸ ਜਥੇਬੰਦੀ 'ਚ ਸ਼ਾਮਿਲ ਹੋਇਆ। ਸਾਨੂੰ ਇਸ ਜਥੇਬੰਦੀ ਨਾਲ ਕੋਈ, ਸਾਡੇ ਦੋਸਤ ਨੇ ਸਾਰੇ ਸਾਰੇ, ਅਸੀਂ ਜਿਹੜੇ ਉਸ ਦੇ 'ਚ ਕਿਉਂਕਿ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਸੱਜਣ ਨੇ ਔਰ ਲੋਕਾਂ ਨੇ ਚੁਣ ਕੇ ਭੇਜਿਆ, ਸੋ ਉਹਨਾਂ ਦਾ ਪੂਰਾ ਹੱਕ ਹੈ ਕਿ ਉਹ ਕੋਈ ਵੀ ਪਾਰਟੀ ਬਣਾ ਸਕਦੇ ਨੇ। ਪਰ ਪ੍ਰਕਾਸ਼ ਸਿੰਘ ਬਾਦਲ ਨੂੰ, ਸੁਖਬੀਰ ਸਿੰਘ ਬਾਦਲ ਨੂੰ ਇੱਕ ਸਵਾਲ ਜਿਹੜਾ ਕਰਨਾ ਚਾਹਾਂਗਾ ਭਾਈ, ਇਹ ਹਰਨਾਮ ਸਿੰਘ ਧੁੰਮਾ ਜਿਹੜਾ ਇਸ ਨੂੰ ਤੁਸੀਂ ਕਦੋਂ ਤੱਕ ਬਰਦਾਸ਼ਤ ਕਰਦੇ ਰਹੋਗੇ? ਇਹਦੇ ਕਹਿਣ 'ਤੇ ਤੁਸੀਂ ਜਗੀਰ ਕੌਰ ਨੂੰ ਪ੍ਰਧਾਨਗੀ ਤੋਂ ਹਟਾਇਆ ਪਿਛਲੀ ਵਾਰੀ ਅਤੇ ਹਰਜਿੰਦਰ ਸਿੰਘ ਐਡਵੋਕੇਟ ਨੂੰ ਲੈ ਕੇ ਆਏ ਹੋ, ਅਤੇ ਬੀਬੀ ਜਗੀਰ ਕੌਰ ਨਾਲ ਸਾਡੇ ਜਿੰਨੇ ਮਰਜ਼ੀ ਇਖਤਲਾਫ ਹੋਣ, ਜਿੰਨੇ ਮਤਭੇਦ ਮਰਜ਼ੀ ਹੋਣ, ਪਰ ਇੱਕ ਗੱਲ ਅਸੀਂ ਸਮਝਦੇ ਵੀ ਜਦੋਂ ਉਹ ਆਈ ਹੈ ਇਸ ਵਾਰੀ ਉਸਨੇ ਆ ਕੇ ਅਤੇ ਜਿੰਨੇ ਵੀ ਜਿਹੜੇ ਗਰੁੱਪ ਨੇ ਬਾਹਰ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਟੁੱਟੇ ਹੋਏ ਸਨ, ਉਹਨਾਂ ਸਾਰਿਆਂ ਨੂੰ ਆਪਣੇ ਨਾਲ ਜੋੜਨ ਦਾ ਯਤਨ ਕੀਤਾ, ਖਾਸ ਕਰਕੇ ਸਿੱਖ ਮਿਸ਼ਨੀ ਕਾਲਜ। ਔਰ ਇੱਕ ਖਿਆਲ ਰੱਖਿਓ ਬਈ, ਸਿੱਖਾਂ ਵਿੱਚ ਜਿੰਨੇ ਕੁ ਸਿੱਖੀ ਸਰੂਪ ਕਾਇਮ ਹੈ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਸਿੱਖ ਮਿਸ਼ਨੀ ਕਾਲਜ ਦਾ ਹੈ, ਭਾਵੇਂ ਉਹ ਅਨੰਦਪੁਰ ਸਾਹਿਬ ਹੈ, ਭਾਵੇਂ ਗੁਰਮਤਿ ਗਿਆਨ ਮਿਸ਼ਨੀ ਕਾਲਜ ਹੈ, ਭਾਵੇਂ ਲੁਧਿਆਣੇ ਦਾ ਸਿੱਖ ਮਿਸ਼ਨੀ ਕਾਲਜ ਹੈ, ਭਾਵੇਂ ਜਿਹੜੇ ਸ਼ਾਹਬਦ ਮਾਰਖੰਡੇ ਦਾ, ਇਸੇ ਤਰ੍ਹਾਂ ਬਰੇਲੀ ਦੇ ਜਿੰਨੇ ਵੀ ਮਿਸ਼ਨੀ ਕਾਲਜ ਨੇ, ਇਹ ਸਾਰਿਆਂ ਦਾ ਬੜਾ ਵੱਡਾ ਰੋਲ ਹੈ ਇਸ ਸਿੱਖੀ ਨੂੰ, ਸਿੱਖੀ ਸਰੂਪ ਨੂੰ ਬਚਾਉਣ ਦਾ। ਤੋ
ਬੀਬੀ ਜਗੀਰ ਕੌਰ ਨੇ ਇਸ ਸਾਰੇ ਗਰੁੱਪ ਨੂੰ ਇਕੱਠਿਆ ਕਰਕੇ ਬੰਜੀ ਸਾਹਿਬ 'ਤੇ ਇੱਕ ਸਮਾਗਮ ਵੀ ਕੀਤਾ ਸੀਗਾ ਔਰ ਇਹਨਾਂ ਦੇ ਕਾਲਜਾਂ ਦੀ ਜਿਹੜੀ ਮਾਲੀ ਮਦਦ ਕਰਨ ਦਾ ਵੀ ਵਾਅਦਾ ਕੀਤਾ ਸੀਗਾ। ਉਹਨੂੰ ਹਟਾ ਕੇ ਹਰਜਿੰਦਰ ਸਿੰਘ ਨੂੰ ਇਸ ਕਰਕੇ ਲਿਆਂਦਾ ਗਿਆ ਕਿ ਜਗੀਰ ਕੌਰ ਨੇ ਇਹ ਹਰਨਾਮ ਸਿੰਘ ਧੁੰਮੇ ਦੇ ਟੋਲੇ ਦੇ ਬੰਦਿਆਂ ਨੂੰ ਜਿਹੜਾ ਉਹ ਪ੍ਰਮੋਸ਼ਨਾਂ ਨਹੀਂ ਸਨ ਦਿੱਤੀਆਂ, ਉਹਨਾਂ ਨੂੰ ਨੌਕਰੀਆਂ ਨਹੀਂ ਸਨ ਦਿੱਤੀਆਂ। ਤੋ ਮੈਂ ਸਮਝਣਾ ਵੀ ਹੁਣ ਕਿਉਂਕਿ ਇਹ ਤੁਹਾਡੇ ਸਾਹਮਣੇ ਐਕਸਪੋਜ਼ ਹੋ ਚੁੱਕਾ ਹੈ ਅਤੇ ਬਾਦਲ ਉਡਾਉਣ ਨੂੰ ਚਾਹੀਦਾ ਕਿ ਘੱਟੋ ਘੱਟ ਹਰਨਾਮ ਸਿੰਘ ਧੁੰਮੇ ਦੇ ਲਾਏ ਹੋਏ ਮੁਲਾਜ਼ਮ ਜਾਂ ਇਹਦੀ ਮਰਜ਼ੀ ਨਾਲ ਲਿਆ ਲਿਆ ਜਿਹੜੇ ਅਹੁਦੇਦਾਰ ਸਨ ਉਹਨਾਂ ਨੂੰ ਜਿਹੜਾ ਹੈ ਬੰਨੇ ਕੀਤਾ ਜਾਵੇ ਅਤੇ ਮੁੜ ਕੇ ਇਹ ਸਾਰਿਆਂ ਨੂੰ ਹਦਾਇਤਾਂ ਦਿੱਤੀਆਂ ਜਾਣ ਵੀ ਜੋ ਇਹ ਹੁਕਮ ਦਿੰਦਾ ਰਿਹਾ ਉਸ ਹੁਕਮ ਨੂੰ ਦਰਕਿਨਾਰ ਕਰ ਦਿੱਤਾ ਜਾਵੇ, ਕਿਉਂਕਿ ਜਿੰਨੇ ਇਹ ਹੁਕਮ ਦਿੰਦਾ ਰਿਹਾ ਸਾਰੇ ਸਿੱਖ ਰਹਿਤ ਮਰਿਆਦਾ ਦੇ ਉਲਟ ਸਨ, ਸਾਰੇ ਅਕਾਲੀ ਦਲ ਦੇ ਨੁਕਸਾਨ ਵਾਸਤੇ ਨੁਕਸਾਨ ਦੇ ਸਨ, ਸਾਰੇ ਪੰਜਾਬ 'ਚ 500 ਵੋਟ ਨਹੀਂ ਹੋਏ ਕਿਸੇ ਨਾਲ ਦੇ ਜਿਹਦੇ ਪਿੱਛੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹ ਹਮੇਸ਼ਾ ਇਹਦਾ ਸਾਥ ਦਿੰਦਾ ਰਿਹਾ। ਤੋ ਸਭ ਤੋਂ ਪਹਿਲੀ ਵੱਡੀ ਜ਼ਰੂਰਤ ਹੈ ਵੀ ਇਸ ਨੂੰ ਬੰਦੇ ਕਰਕੇ ਬੀਬੀ ਜਗੀਰ ਕੌਰ ਵਰਗਾ ਜਿਹੜਾ ਜਾਂ ਕੋਈ ਹੋਰ, ਮੈਂ ਜਗੀਰ ਕੌਰ ਦਾ ਮੈਂ ਹਿਮਾਇਤੀ ਨਹੀਂ ਗਾ, ਕਿਸੇ ਨੂੰ ਦਾ ਹਿਮਾਇਤੀ ਨਹੀਂ, ਕਿਸੇ ਦਾ ਵਿਰੋਧੀ ਨਹੀਂ ਹਾਂ। ਕਿਰਨਜੋਤ ਕੌਰ ਵੀ ਆ ਸਕਦੀ ਹੈ ਕਿਸੇ ਨੂੰ ਵੀ ਜਿਹੜਾ ਸ਼੍ਰੋਮਣੀ ਕਮੇਟੀ ਸੰਭਾਲੀ ਜਾਵੇ ਅਤੇ ਉਹ ਆ ਕੇ ਜਿਹੜਾ ਸ਼੍ਰੋਮਣੀ ਕਮੇਟੀ ਵਿੱਚ ਹਰਨਾਮ ਸਿੰਘ ਧੁੰਮੇ ਦੀਆਂ ਪਾਈਆਂ ਗਲਤ ਰਵਾਇਤਾਂ ਜਿਹੜੀਆਂ ਸਨ, ਐਂਟੀ ਸਿੱਖ ਰਵਾਇਤਾਂ ਸਨ, ਉਹਨਾਂ ਨੂੰ ਆ ਕੇ ਖਤਮ ਕਰੇ ਔਰ ਸ਼੍ਰੋਮਣੀ ਕਮੇਟੀ ਨੂੰ ਔਰ ਜਿੱਥੇ ਜਿੱਥੇ ਵੀ ਸਿੱਖ ਸੰਸਥਾਵਾਂ ਬੈਠੀਆਂ ਨੇ, ਮਿਸ਼ਨੀ ਕਾਲਜ ਨੇ ਜਾਂ ਹੋਰ ਵੀ ਸੰਸਥਾਵਾਂ ਨੇ ਜਿਹੜੀਆਂ ਕਿ ਇਸ ਤੋਂ ਦੂਰ ਹੋਈਆਂ ਪੈਸਾ ਸ਼੍ਰੋਮਣੀ ਕਮੇਟੀ ਤੋਂ, ਕਿਉਂਕਿ ਬਾਦਲ ਔਰ ਧੁੰਮੇ ਦੀਆਂ ਦੀ ਮੇਲ 'ਚੋਂ ਜੋ ਕੁਝ ਗਲਤ ਗੱਲਾਂ ਨਿਕਲਦੀਆਂ ਸਨ ਉਹਦਾ ਵਿਰੋਧ ਕਰਕੇ ਜਿਹੜੇ ਸਨ ਲੋਕ ਭਰਾ ਹੋ ਗਏ ਸਨ, ਉਹ ਸਾਰੇ ਦੇ ਸਾਰੇ ਇਕੱਠੇ ਹੋ ਕੇ ਆਉਣ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਨਿਰੋਲ ਰੂਪ ਵਿੱਚ ਆ ਕੇ ਸਿੱਖਾਂ ਦੀ ਸੇਵਾ ਕਰ ਸਕੇ। ਇਹ ਗੱਲ ਬਾਦਲ ਔਰ ਨੂੰ ਸਮਝਣ ਦੀ ਲੋੜ ਹੈ ਔਰ ਇਹ ਇਸ਼ਾਰਾ ਜਿਹੜਾ ਇਹ ਜਿਹੜੇ 7-8 ਬੰਦੇ ਇਕੱਠੇ ਹੋਏ ਨੇ ਉਹਨਾਂ ਨੇ ਆ ਕੇ ਆਪਣਾ ਅਕਾਲੀ ਦਲ ਬਣਾਇਆ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰ ਜੀ ਦੇ ਸ਼ਾਮਿਲ ਹੋਏ ਨੇ, ਸਾਨੂੰ ਅਸੀਂ ਉਹਨਾਂ ਨੂੰ ਮੁਬਾਰਕ ਕਰਦੇ ਹਾਂ, ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਅਕਾਲੀ ਦਲ ਬਣਾਇਆ। ਪਰ ਬਾਦਲ ਅਕਾਲੀ ਦਲ ਨੂੰ ਸਮਝਣਾ ਚਾਹੀਦਾ ਵੀ ਉਹਦੇ ਵਾਸਤੇ ਜਾਂ ਪੰਥ ਵਾਸਤੇ ਚੰਗਾ ਕੀ ਹੈ, ਇਸ ਵਾਸਤੇ ਉਹ ਵਿਚਾਰ ਕਰਨ। ਸ਼ੁਕਰੀਆ।